ਇੰਡੀਆ ਨਿਊ ਤੁਸੀਂ ਕਿਤੇ ਨਾ ਕਿਤੇ ਹਿਚਕਾ ਕੇ ਹੋ ਰਹੇ ਹੋ ਪੱਕਾ ਸਾਰੇ ਆਪਣੇ ਹੀ ਖੜੇ ਹੋਏ ਨੇ ਇੱਥੇ ਤੇਰੇ ਇਸ਼ਕ ਦਾ ਜਾਦੂ ਚੱਲ ਗਿਆ ਚੱਲਦਾ ਹੀ ਰਹਿਣ ਦੇ ਕੋਈ ਤੂੰ ਵੀ ਦਿਲ ਦੀ ਗੱਲ ਸੁਣਾ ਕੋਈ ਮੈਨੂੰ ਕਹਿਣ ਦੇ ਹੋ ਸਬਰ ਸਜਾਂਦੇ ਹਰ ਦਰ ਤੋਂ ਠੋਕਰ ਪੈਂਦੀ ਏ ਨੇ ਮ ਕਮਲੀ ਆਰ ਦੀ ਕਮਲੇ ਨੇ ਮ ਕਮਲੀ ਆਰ ਦੀ ਹਾਂ ਕਮਲੀ ਆਰ ਦੀ ਕਮਲੇ ਨੇ ਮ ਕਮਲੀ ਆਰ ਦੀ ਕਮਲੇ ਰੱਬਾ ਮੇਰੇ ਦਿਨ ਇਹ ਨਾ ਢਲੇ ਉਹ ਜੋ ਮੁਝੇ ਖਾਬ ਮੇ ਮਿਲੇ ਉਸ ਤੂੰ ਲਗਾ ਦੇ ਅਬ ਕਲੇ ਤੈਨੂੰ ਦਿਲ ਦਾ ਵਾਸਤਾ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਲੰਕੇਸ਼ ਤਰਖਾ ਸਤਿਕਾਰ ਕਰਦਾ मां सरस्वती ਤੇ मां लक्ष्मी जी ਨੂੰ वरदान ਦਿੱਤੇ گئے ਸੀਗੇ मां लक्ष्मी जी ਨੂੰ वरदान ਦਿੱਤਾ ਗਿਆ ਸੀਗਾ ਕਿ ਤੁਸੀਂ ਜਿੱਥੇ ਜਾਓਗੇ ਜਿੰਨ ਦਿਨ ਕੋਲ ਰਹੋਗੇ ਉਹਦੀਆਂ ਲਹਿਰਾ ਬਹਿਰਾ ਕਰ ਦੋਗੇ ਮਰ ਜਿਹੜੇ सरस्वती ਸੀਗੇ ਉਹ ਨਰਾਜ਼ ਹੋ ਗਏ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ वरदान ਦਿੱਤਾ ਮੈਨੂੰ वरदान ਨਹੀਂ ਦਿੱਤਾ ਉਹਨਾਂ ਨੂੰ ਜਦੋਂ वरदान ਦਿੱਤਾ ਗਿਆ ਤੇ मां सरस्वती जी ਨੂੰ ਇਹ वरदान ਦਿੱਤਾ ਗਿਆ ਕਿ ਤੁਸੀਂ ਜਿਸ ਨੂੰ ਜੋ ਚੀਜ਼ ਦੋਗੇ ਉਹ ਹਮੇਸ਼ਾ ਉਹਦੀ ਤਾਂ ਉਮਰ ਜ਼ਿੰਦਗੀ ਦੇ ਵਿੱਚ ਉਹਦੇ ਨਾਲ ਰਹੇਗੀ ਮੇਰੇ ਨਾਲ ਕੁਝ ਯੰਗਸਟਰਸ ਨੇ ਇਹੋ ਯੰਗਸਟਰਸ ਨੇ ਜਿਨ੍ਹਾਂ ਨੇ ਆਪਣੀ ਆਪਣੀ ਫੀਲਡ ਦੇ ਵਿੱਚ ਮਹਾਰਤ ਹਾਸਲ ਕੀਤੀ ਹੈ ਤੇ ਜਿਹੜੀ ਮਹਾਰਤ ਇਹਨਾਂ ਨੇ ਹਾਸਲ ਕੀਤੀ ਹੈ ਉਹ ਸੂਰਾਂ ਦੇ ਵਿੱਚ ਹਾਸਲ ਕੀਤੀ ਹੈ ਇਹਨਾਂ ਨੂੰ ਸੁਣਨ ਤੋਂ ਬਾਅਦ ਮੇਰਾ ਦਿਲ ਕੀਤਾ ਕਿ ਇਹਨਾਂ ਨਾਲ ਗੱਲ ਕੀਤੀ ਜਾਵੇ ਤੇ ਜਿਹੜੇ ਮੈਨੂੰ ਸੁਣਦੇ ਨੇ ਜਾਂ ਜਿਹੜੇ ਮੇਰੇ ਮੈਨੂੰ ਚਾਹਦੇ ਨੇ ਉਹਨਾਂ ਨੂੰ ਹਮੇਸ਼ਾ ਮੇਰੇ ਕੋਲ ਇਹ ਉਮੀਦ ਹੁੰਦੀ ਹੈ ਕਿ ਕੁਝ ਅਲੱਗ ਚੀਜ਼ ਲਿਆ ਆਂਦੀ ਹੈ ਕੋਸ਼ਿਸ਼ ਕਰੇਗਾ ਤੇ ਤੁਹਾਡੇ ਲਈ ਅੱਜ ਉਹਨਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਉਹਨਾਂ ਦੇ ਨਾਲ ਫੈਮਿਲੀਅਰ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਜਿਨ੍ਹਾਂ ਨੂੰ ਰੱਬ ਨੇ ਉਹਨਾਂ ਦੇ ਕੰਠ ਦੇ ਵਿੱਚ ਮਾਸਰ ਸ੍ਰਿਸ਼ਤੀ ਦਾ ਮੈਂ ਕਹਲਾਂ ਕਿ ਉਹਨਾਂ ਨੂੰ ਵਰਦਾਨ ਹਾਸਲ ਹੋਇਆ ਇੱਕ ਵਾਰੀ ਚਿਹਰੇ ਦਿਖਾ ਦਿਓ ਸਾਰਿਆਂ ਦੇ ਜਿਹੜੇ ਆ ਹਰੀ ਜੈਕਟ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਨੇ ਇਹਨਾਂ ਦਾ ਤਾਂ ਨਾਮ ਹੀ ਸੁਰ ਸਾਗਰ ਹੈ ਸਾਗਰ ਸਾਹਿਬ ਤੁਹਾਡਾ ਛੱਲਾ ਸੁਣ ਰਿਹਾ ਸੀਗਾ ਮੈਂ ਹੁਣੇ ਹਾਂਜੀ ਤੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਮੈਂ ਹੌਲੀ-ਹੌਲੀ ਹੌਲੀ-ਹੌਲੀ ਉਹਦੀ ਗਹਿਰਾਈ ਦੇ ਵਿੱਚ ਜਾ ਰਿਹਾ ਥੈਂਕ ਯੂ ਮੈਨੂੰ ਇੱਕ ਚੀਜ਼ ਦਾ ਸੋਇਸ ਚੀਜ਼ ਬਾਰੇ ਕਿ ਕਦੋਂ ਇੱਕ ਤਾਂ ਆਪਣੇ ਆਪ ਨੂੰ ਇਸ ਚੀਜ਼ ਦੀ ਫੀਲ ਹੋਣੀ ਬੜੀ ਜ਼ਰੂਰੀ ਹੁੰਦੀ ਹੈ ਮਹਿਸੂਸ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਕਿ ਵਾਕੇ ਰੱਬ ਨੇ ਮੈਨੂੰ ਕਿਸੇ ਅਲੱਗ ਕੰਮ ਦੇ ਲਈ ਭੇਜਿਆ ਹਾਂਜੀ ਕਦੋਂ ਲੱਗਾ ਕਿ ਹਾਂ ਭੇਜਿਆ ਗਿਆ ਸਰ ਮੇਰੇ ਜਿੱਦਾਂ ਫੈਮਲੀ 'ਚ ਥੋੜਾ ਸਿੰਗਿੰਗ ਵਾਲਾ ਮਾਹੌਲ ਰਿਹਾ ਡੈਡੀ ਥੋੜੇ ਡਿਵੋਸ਼ਨਲ ਸਿੰਗ ਕਰ ਰਹੇ ਨੇ ਤੇ ਸ਼ੁਰੂ ਤੋਂ ਉਹਨਾਂ ਨੇ ਨਾ ਵੀ ਉਹਨਾਂ ਨੇ ਸੁਰਸਾ ਕਰ ਰੱਖਤਾ ਤੇ ਉਹਦਾਂ ਦੇ ਮਾਹੌਲ 'ਚ ਪਲੇ ਹਾਂ ਜੀ ਇੱਕ ਵਾਰੀ ਆਪਣੇ ਕੰਨਾਂ ਨੂੰ ਹੱਥ ਲਾ ਕੇ ਫਾਦਰ ਸਾਹਿਬ ਦਾ ਨਾਮ ਵੀ ਦੱਸ ਦਿਓ ਅੱਛਾ ਡੈਡੀ ਦਾ ਨਾਮ ਸੁਖਰਾਂ ਸਰੋਆ ਜੀ ਉਹਨਾਂ ਦਾ ਸੁਖਰਾਂ ਸਰੋਆ ਜੀ ਡਿਪੋਰਸ਼ਨਰ ਸਰੋਆ ਜੀ ਅੱਛਾ ਅੱਛਾ ਤੇ ਕਹਿੰਦਾ ਮਤਲਬ ਇਹ ਹੈ ਕਿ ਜੈਨੇਟਿਕਲੀ ਤੁਸੀਂ ਕਹਿ ਲੋ ਕਿ ਹਾਰਮੋਨਲ ਤੁਹਾਡੇ ਵਿੱਚ ਆਈਆਂ ਚੀਜ਼ਾਂ ਹਾਂਜੀ ਜੀ ਇਹ ਕਹਿ ਸਕਦੇ ਹਾਂ ਜੀ ਆਪਾਂ ਥੋੜਾ ਮੈਨੂੰ ਆਪਣੇ ਬਾਰੇ ਇਹ ਦੱਸੋ ਕਿ ਕਈ ਵਾਰੀ ਇਦਾਂ ਹੁੰਦਾ ਹੈ ਕਿ ਆਦਮੀ ਦਾ ਜਿਹੜਾ ਜਿਹੜਾ ਉਹ ਪੇਸ਼ਾ ਚੁੰਦਾ ਹੈ ਜਾਂ ਪੈਸ਼ਨ ਵੱਲ ਨੂੰ ਜਾਂਦਾ ਹੈ ਜਾਂ ਕਿਸੇ ਜਨੂਨ ਵੱਲ ਨੂੰ ਆਪਣੇ ਵੱਲ ਨੂੰ ਕਿਸੇ ਮੰਜ਼ਲ ਵੱਲ ਨੂੰ ਲੈ ਕੇ ਜਾਂਦਾ ਹੈ ਉਹਨਾਂ ਲੱਗਦਾ ਹੈ ਕਿ ਯਾਰ ਮੈਂ ਸ਼ਾਇਦ ਇਸ ਚੀਜ਼ ਦੇ ਲਈ ਠੀਕ ਨਹੀਂ ਹੈਗਾ ਮੈਨੂੰ ਇਸੇ ਚੀਜ਼ ਦੇ ਲਈ ਜਾਣਾ ਚਾਹੀਦਾ ਹੈ ਕਦੀ ਇਹੋ ਜਿਹਾ ਕੋਈ ਮੌਕਾ ਆਇਆ ਜ਼ਿੰਦਗੀ ਦੇ ਵਿੱਚ ਨਹੀਂ ਇਦਾਂ ਦਾ ਮਕਾਮ ਤਾਂ ਨਹੀਂ ਕਦੇ ਵੀ ਆਇਆ ਕਿਉਂਕਿ ਫੈਮਿਲੀ 'ਚ ਸ਼ੁਰੂ ਤੋਂ ਮਾਹੌਲ ਹੈ ਇਦਾਂ ਦਾ ਰਿਹਾ ਉਹਦਾਂ ਦੇ ਮਾਹੌਲ 'ਚ ਜੰਮੇ ਪਲੇ ਆ ਤਾਂ ਫਿਰ ਕੁਦਰਤੀ ਉਹਦਾਂ ਦੇ ਮਾਹੌਲ ਜਿੱਦਾਂ ਦੇ ਮਾਹੌਲ 'ਚ ਬੰਦਾ ਪੜਦਾ ਤਾਂ ਉਹ ਚੀਜ਼ ਬੰਦੇ ਦੇ ਅੰਦਰ ਬਸ ਜਾਂਦੀ ਹੈ ਨਾ ਆਪਾਂ ਕਹਿ ਸਕਦੇ ਹਾਂ ਦੋਸਤੋ ਤੁਸੀਂ ਇਹ ਨਾ ਸਮਝਨਾ ਕਿ ਸਿਰਫ ਕੈਮਰੇ ਦੇ ਲੈਂਸ ਦੇ ਅੱਗੇ ਤੁਹਾਡੇ ਲਿਆ ਕੇ ਮੈਂ ਇਹ ਸੋਹਣੇ ਸੋਹਣੇ ਚਿਹਰੇ ਖੜੇ ਕਰ ਦਿੱਤੇ ਨੇ ਇਹਨਾਂ ਦੇ ਵਿੱਚੋਂ ਕਾਬਲੀਅਤ ਵੀ ਹੈਗੀ ਹੈ ਇਹ ਹੁਣ ਆਪਣੇ ਆਪ ਹੀ ਦੱਸ ਦੇਣਗੇ ਕਿੰਨੇ ਕਾਬਿਲ ਹੈ ਕਿੰਨੇ ਨਹੀਂ ਹੈ ਕੁਝ ਹੋ ਜਾ ਛੋਟਾ ਜਾ ਕਿਉਂਕਿ ਅਕਸਰ ਮੈਂ ਵੇਖਿਆ ਕਿ ਦੀ ਆਰਟਿਸਟ ਕੋਲੋਂ ਹਮੇਸ਼ਾ ਰਿਕੁਐਸਟ ਕੀਤੀ ਜਾ ਸਕਦੀ ਹੈ ਕਿ ਸਰ ਤੁਸੀਂ ਜਿਹੜਾ ਆਪਣਾ ਆਰਟ ਹੈ ਤੁਹਾਡਾ ਕਰਾਫਟ ਹੈ ਉਹਨੂੰ ਲੋਕਾਂ ਦੇ ਸਾਹਮਣੇ ਰੱਖੋ ਸਿਰਫ ਰਿਕੁਐਸਟ ਕੀਤੀ ਜਾ ਸਕਦੀ ਹੈ ਉਹ ਮੈਂ ਵੀ ਕਰਾਂਗਾ ਮੇਰੇ ਦਰਸ਼ਕ ਵੀ ਕਰਨਗੇ ਠੀਕ ਹੈ ਮੈਂ ਦੋ ਲਾਈਨ ਸੁਣਾਉਂਦਾ ਹਾਂ ਇਹ ਹੇ爱ਸ਼ਕ ਬਲੜਾ ਇਮਤਿਹਾਨ ਜਦ ਲੈਂਦਾ ਏ ਫਿਰ ਆਸ਼ਿਕ ਦੇ ਪੱਲੇ ਹੁਕ ਕਖ ਨਾ ਰਹਿੰਦਾ ਏ ਹੋ ਸਬਰ ਸਜਾਂਦੇ ہر در تو ٹھوکر پیندی ہے پھر روح عاشق دی اللہ اللہ کہن دیئے پھر روح عاشق دی مولا مولا کہن دیئے ایک چیز ہے اکثر ਜਦੋਂ ਤੱਕ ਆਦਮੀ ਕਿਸੇ ਚੀਜ਼ ਨੂੰ ਮਹਿਸੂਸ ਆਪ ਨਹੀਂ ਕਰਦਾ ਉਨੀ ਦੇਰ ਤੱਕ ਉਹ ਸਾਹਮਣੇ ਵਾਲੇ ਨੂੰ ਮਹਿਸੂਸ ਨਹੀਂ ਕਰਵਾ ਸਕਦਾ ਮਹਿਸੂਸ ਦਾ ਕਿਹੜਾ ਪੁਆਇੰਟ ਹੁੰਦਾ ਕਿ ਵਾਕੇ ਜਾ ਕੇ ਉੱਥੇ 30 ਵਜਦੀ ਬੰਦੇ ਦੇ ਕਿਉਂਕਿ ਜਦੋਂ ਤੁਸੀਂ ਗਾਣਾ ਸ਼ੁਰੂ ਕੀਤਾ ਨਾ ਮੇਰੇ ਇੱਕਦਮ ਬਾਡੀ ਦੇ ਵਿੱਚ ਵਾਈਬ੍ਰੇਸ਼ਨ ਹੋਈ ਸੀਗੀ ਚਲੋ ਮਿਹਰਬਾਨੀ ਭਾਈ ਜਿਹੜਾ ਤੁਸੀਂ ਇਹਨਾਂ ਮਾਣ ਬਖਸ਼ਦੇ ਆ ਜੀ ਐਕਚੁਅਲੀ ਆਪਾਂ 뮤זיਕ ਦੀ ਵੀ ਗੱਲ ਕਰੀਏ ਅਸੀਂ ਹੁਣ ਇੱਥੇ ਕਲਾਸਾਂ ਵੀ ਲਾਉਂਦੇ ਆ ਜੀ ਸਾਰੇ ਗਾਮ ਪਾਚ ਉੱਥੇ ਵੀ ਤੁਹਾਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਵੀ 뮤זיਕ ਜਿਹੜਾ ਫੀਲ ਦੀ ਚੀਜ਼ ਹੈ ਕਿ ਹੁਣ ਇਹ ਪਹਿਲਾ ਸ਼ੋਅ ਅਸੀਂ ਵੀ ਕੋਈ ਮੈਂ ਤਾਰੀਫ ਨਹੀਂ ਕਰਦਾ ਛੋਟੀ ਤਾਰੀਫ ਵੀ ਨਹੀਂ ਕਰ ਸਕਦੇ ਪਹਿਲਾ ਸ਼ੋਅ ਇਦਾਂ ਦੇਖਿਆ ਵੀ ਜਿੱਥੇ ਅਸੀਂ ਬੰਬੇ ਜਾਣ ਤੋਂ ਪਹਿਲਾਂ ਸਾਡੀਆਂ 20 ਦਿਨ ਪਹਿਲਾਂ ਵਰਕਸ਼ਾਪਾਂ ਮੈਗਾ ਆਡੀਸ਼ਨ ਤੋਂ ਪਹਿਲਾਂ ਸਾਡੀਆਂ ਵਰਕਸ਼ਾਪਾਂ ਲਵਾਈਆਂ ਜਾ ਰਹੀਆਂ ਇੱਥੇ ਤੇ ਉੱਥੇ ਵੀ ਸਾਨੂੰ ਇਹ ਚੀਜ਼ਾਂ ਸਾਰਾ ਕੁਝ ਸਿਖਾਇਆ ਜਾ ਰਿਹਾ ਹੈ ਬਾਕੀ ਇੱਥੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਤੇ ਬਾਕੀ ਜੋ ਸ਼ੁਰੂ ਤੋਂ ਨਾਲ ਨਾਲ ਸਿੱਖਦੇ ਆ ਚੱਲੀ ਜਾਂਦੇ ਸੋਸਾਗਰ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਲੇਕਿਨ ਜੇ ਐਨਾ ਕੋਲ ਨਹੀਂ ਜਾਵਾਂਗਾ ਤਾਂ ਫਿਰ ਜ਼ਾਤੀ ਹੋ ਜਾਏਗੀ ਕਿਉਂਕਿ ਕਹਿੰਦੇ ਨੇ ਕਿ ਸਮਾਜ ਦਾ ਜਦੋਂ ਗਾਂਧੀ ਜੀ ਚੱਲਦੇ ਹੁੰਦੇ ਸੀਗੇ ਨਾ ਉਹਨਾਂ ਦੇ ਨਾਲ ਦੋ ਔਰਤਾਂ ਉਹਨਾਂ ਦੇ ਨਾਲ ਚਲਦੀਆਂ ਸੀਗੀਆਂ ਲੋਕ ਅੱਜ ਕੱਲ ਦੇ ਜਿਹੜਾ ਜ਼ਮਾਨਾ ਹੈਗਾ ਸ਼ਾਇਦ ਗਲਤ ਮੂਲਤਵ ਨਿਕਾਲਦਾ ਲੇਕਿਨ ਉਹਨਾਂ ਦਾ ਜਿਹੜਾ ਇੱਕ ਸਿੰਬੋਲਿਕ ਚੀਜ਼ਾਂ ਹੁੰਦੀਆਂ ਸੀਗੀਆਂ ਦੱਸਣ ਦੀਆਂ ਗਾਂਧੀ ਜੀ ਦੀ ਉਹ ਇਹ ਕਹਿੰਦੀ ਉਹ ਇਹ ਹੁੰਦੀ ਸੀਗੀ ਕਿ ਜਿੰਨੀ ਦੇਰ ਤੱਕ ਔਰਤ ਤੁਹਾਡੇ ਨਾਲ ਨਹੀਂ ਤੁਰਦੀ ਉਨੀ ਦੇਰ ਤੱਕ ਕੋਈ ਵੀ ਬੰਦਾ ਮੰਜ਼ਲ ਤੱਕ ਨਹੀਂ ਪਹੁੰਚ ਸਕਦਾ ਸਕਸੈਸਫੁਲ ਨਹੀਂ ਹੋ ਸਕਦਾ ਇਸ ਕਰਕੇ ਇਹ ਚਿਹਰੇ ਦਿਖਾਣਾ ਵੀ ਜ਼ਰੂਰੀ ਹੈ ਤੁਹਾਡਾ ਨਾਮ ਜਾਨਣਾ ਚਾਹਾਂਗਾ ਪਹਿਲਾਂ ਮਹਿਕ ਬਮੋਤਰਾ ਮਹਿਕ ਬਮੋਤਰਾ ਆਪਨੇ ਅੰਦਰ ਅਭੀ ਗਾਣਾ ਗਾਇਆ ਤੋਂ ਮੈਂ ਦੇਖ ਰਿਹਾ ਤਾਂ ਕਿ ਸਭ سب لوگ ایک دشا میں آپ ہی کی اور دیکھ رہے تھے اور بڑا کانسنٹریشن کے ساتھ سب سن رہے تھے اور میں پرسنلی اگر بولوں تو مجھے ایسا لگ رہا تھا یہ گانا ختم نہیں ہونا چاہیے تو کچھ اپنے بارے میں بتائیے اپنے بارے میں آ... میں کی دسا اپنے بارے میں بس یہی کہہ سکتی ہوں کہ میوزک میوزک از لائک میوزک ایوری تھنگ فار می بیکاز میوزک بھی میوزک لائن کے ہاں ਆਪਣੇ ਆਪ ਇੱਕ ਬਹੁਤ ਡੀਪ ਕਨੈਕਸ਼ਨ ਬਣ ਜਾਂਦਾ ਹੈ ਸੋ ਮਿਊਜ਼ਿਕ ਦੇ ਨਾਲ ਪਿਆਰ ਹੈ ਮਿਊਜ਼ਿਕ ਕਰਨਾ ਮੈਂ ਸਟਾਰਟ ਕੀਤਾ ਹੈ ਬਚਪਨ ਤੋਂ ਹੀ ਤੇ ਹਮੇਸ਼ਾ ਉਹੀ ਕਰਦੀ ਰਵਾਂਗੀ ਆ ਉਹਨਾਂ ਦੇ ਤਾਂ ਚਲੋ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਸੀਗੇ ਜਿਨ੍ਹਾਂ ਨੇ ਗਾਈਡੈਂਸ ਦਿਖਾਈ ਤੁਹਾਡਾ ਮਾਰਗਦਰਸ਼ਨ ਕਿਸ ਨੇ ਕਰਵਾਇਆ ਮੇਰੇ ਪਾਪਾ ਨੇ ਮੇਰੇ ਪਾਪਾ ਹੀ ਨੇ ਜਿਨ੍ਹਾਂ ਨੇ ਮੈਨੂੰ ਮੈਨੂੰ ਪੁਸ਼ ਕੀਤਾ ਇਸ ਲਾਈਨ 'ਵਾਲ ਸੋ ਉਹੀ ਨੇ ਸਭ ਤੋਂ ਪਹਿਲੇ ਸ਼ਖਸ ਜਿਨ੍ਹਾਂ ਨੇ ਮੈਨੂੰ ਇਸ ਲਾਈਨ ਦੇ ਵਿੱਚ ਸਪੋਰਟ ਕੀਤਾ ਤੇ ਜਿਨ੍ਹਾਂ ਨੇ ਮੇਰੇ ਟੈਲੈਂਟ ਨੂੰ ਸਮਝਿਆ ਕਿ ਹਾਂ ਮੈਂ ਇਸ ਲਾਈਨ ਦੇ ਵਿੱਚ ਅੱਗੇ ਜਾ ਸਕਦੀ ਹਾਂ ਸੋ ਮੈਂ ਅੱਜ ਗਾ ਰਹੀ ਹਾਂ ਮੈਂ ਇਸ ਮੰਚ ਦੇ ਉੱਤੇ ਪਹੁੰਚੀ ਹਾਂ ਜੀ ਪੰਜਾਬੀ ਸਾਰੇ ਗਾਮਾ ਪਾ ਦੇ ਵਿੱਚ ਸਿਰਫ ਉਹਨਾਂ ਦੀ ਬਦੌਲਤ ਕਿਉਂਕਿ ਅਗਰ ਉਹ ਮੈਨੂੰ ਸਪੋਰਟ ਨਾ ਕਰਦੇ ਤੇ ਸ਼ਾਇਦ ਮੈਂ ਇੱਥੋਂ ਤੱਕ ਅੱਜ ਨਾ ਪਹੁੰਚਦੀ ਬਿਕਾਜ਼ ਅ ਅੱਜ ਦੇ ਟਾਈਮ ਦੇ ਵਿੱਚ ਬਹੁਤ ਕਟ ਗਰਲਸ ਹੁੰਦੀਆਂ ਨੇ ਜਿਨ੍ਹਾਂ ਦੇ ਫਾਦਰ ਫਾਦਰ ਉਹਨਾਂ ਨੂੰ ਸਪੋਰਟ ਕਰ ਦੇਣਾ ਬਟ ਆਮ ਵੈਰੀ ਲੱਕੀ ਕਿ ਮੈਨੂੰ ਇਦਾਂ ਦੇ ਫਾਦਰ ਮਿਲੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਨਾ ਸਿਰਫ ਸਪੋਰਟ ਕੀਤਾ ਹਰ ਜਗ੍ਹਾ ਦੇ ਉੱਤੇ ਮੇਰੇ ਨਾਲ ਖੜੇ ਹੋਏ ਨੇ ਉਹ ਸੋ ਬਹੁਤ ਥੈਂਕਫੁਲ ਹਾਂ ਮੈਂ ਆਪਣੇ ਫਾਦਰ ਦੀ ਜਿਨ੍ਹਾਂ ਨੇ ਮੈਨੂੰ ਇਸ ਲਾਈਨ ਦੇ ਵਿੱਚ ਪਾਇਆ ਤੇ ਮੈਂ 뮤직 ਕਰ ਰਹੀ ਹਾਂ ਕੁ ਸੁਣਨਾ ਚਾਹਾਂਗਾ ਮੈਂ ਵੀ ਸੁਣਨਾ ਚਾਹਾਂਗਾ ਲੋਕ ਵੀ ਸੁਣਨਾ ਚਾਣਗੇ ਹੈ ਰਾਜਾ ਰਾਜਾ ਕਰਦੀ ਨੀ ਮੈਂ ਰਾਂਝਾ ਹੋਈ ਆਖੋਨੀ ਮੈਨੂੰ ਤੇ ਦਰਾਂਝਾ ਹੁਣ ਹੀਰ ਨਾ ਆਖੋ ਕੋਈ ਮੈਂ ਰਾਜੇ ਵਿੱਚ ਰਾਜਾ ਮੇਰੇ ਵਿੱਚ ਮੈਨੂੰ ਔਰ ख्याल न कोई देखो नी मैं रसलिटी उन कित्थे आण खलोई नी मैं कम लिया नी मैं कम ਨੇ ਮਕਮਲੀ ਆਰਦੀ ਕਮਲੇ ਨੇ ਮਕਮਲੀ ਆਰਦੀ ਹਾਂ ਕਮਲੀ ਆਰਦੀ ਕਮਲੇ ਨੇ ਮਕਮਲੀ ਆਰਦੀ ਕਮਲੀ ਓ ਨੀ ਮਕਮਲੀ ਨੇ ਮਕਮਲੀ ਨੇ ਮਕਮਲੀ ਨੇ ਮਕਮਲੀ ਕਮਲੀ ਨੇ ਮਕਮਲੀ ਨੇ ਮਕਮਲੀ ਕਮਲੇ ਨੇ ਉਹ ਕਮਲੀ ਕਮਲੀ ਆਰਦੀ ਕਮਲੇ ਨੇ ਮਕਮਲੀ ਆਰਦੀ ਕਮਲੀ ਸੰਗੀਤ ਚ ਕਿੰਨੀ ਤਾਕਤ ਆ ਕੈਮਰੇ ਦੇ ਬੈਕ ਸਾਈਡਸ ਵੀ ਲੋਕ ਖੜੇ ਹੋਏ ਨੇ ਇਹਨਾਂ ਨੂੰ ਦੇਖਦੇ ਪਏ ਨੇ ਹੁਣੋਂ ਜਾ ਰਹੇ ਨੇ ਖੈਰ ਕੋਈ ਗੱਲ ਨਹੀਂ ਕੈਮਰੇ ਦੀ ਬੈਕ ਸਾਈਡ ਖੜੇ ਹੋ ਕੇ ਵੀ ਲੋਕ ਤਾਲੀਆਂ ਮਚਾ ਰਹੇ ਸੀ ਛੁਟਕੀਆਂ ਮਚਾ ਰਹੇ ਸੀ ਇਹ ਸੰਗੀਤ ਦੀ ਤਾਕਤ ਹੈ ਹੁਣ ਮੈਂ ਇੱਕ ਰੌਕਸਟਾਰ ਬੰਦੇ ਕੋਲ ਜਾਵਾਂਗਾ ਲੈਦਰ ਦੀ ਜੈਕਟ ਪਾਈ ਹੋਈ ਹੈ ਟਰਟਲ neck ਥੱਲੇ ਉਹਦੇ ਪਾਈ ਹੋਈ ਹੈ ਜਾਰਡਨ ਦੇ ਸ਼ੂਜ਼ ਨੇ ਲੇਕਿਨ ਬੰਦਾ ਕਲਾਸਿਕਲ ਹੈ ਕਲਾਸਿਕ ਮਿਊਜ਼ਿਕ ਦੇ ਨਾਲ ਬਹੁਤ ਮੁਹੱਬਤ ਕਰਦਾ ਕਿਉਂਕਿ ਮੈਂ ਸੁਣਿਆ ਸੁਮੇ ਜੀ ਥੋੜਾ ਆਪਣੇ ਬਾਰੇ ਦੱਸੋ ਅ ਜਿੱਦਾਂ ਕਿ ਇਹਨਾਂ ਨੇ ਦੱਸਿਆ ਮੇਰਾ ਨਾਮ ਸੁਮਿਤ ਭੱਲਾ ਤੇ ਮੈਂ ਜੰਮੂ ਤੋਂ ਬਿਲੋਂਗ ਕਰਦਾ ਤੇ ਮੈਂ 뮤직 ਸਿੱਖ ਰਿਹਾ ਅੱਜ ਤੋਂ 7 ਸਾਲ ਦਾ 뮤직 ਸਿੱਖ ਰਿਹਾ ਤੇ ਮੈਨੂੰ ਸਪੋਰਟ ਜਿਹਨਾਂ ਨੇ ਕੀਤਾ ਉਹ ਮੇਰੀ ਮਦਰ ਸੀਗੇ ਤੇ ਉਹਨਾਂ ਨੇ ਮੈਨੂੰ ਇਸ ਲਾਈਨ 'ਚ ਪੁਸ਼ ਕੀਤਾ ਤੇ ਮੈਂ ਅੱਜ ਜੋ ਵੀ ਹਾਂ ਜਿਹੜੀ ਸਟੇਜ 'ਚ ਅੱਜ ਮੈਂ ਖੜਿਆ ਹਾਂ ਇਹਨਾਂ ਇੰਨੇ ਵੱਡੇ ਵੱਡੇ ਲੋਕਾਂ ਸਾਹਮਣੇ ਪਰਫਾਰਮ ਕੀਤਾ ਤੇ ਉਹ ਜ ਉਹ ਸਭ ਮੇਰੀ ਮਦਰ ਨੂੰ ਜਾਂਦਾ ਹੈ ਕੋਰਾ ਕ੍ਰੈਡਿਟ ਥੈਂਕ ਯੂ ਕਿੰਨੀ ਖੂਬਸੂਰਤ ਗੱਲ ਹੈ ਕੋਈ ਸ਼ਰੇਦਿੰਦਾ ਆਪਣੇ ਫਾਦਰ ਨੂੰ ਕੋਈ ਸ਼ਰੇਦਿੰਦਾ ਆਪਣੀ ਮਦਰ ਨੂੰ ਯਾਨੀ ਕਿ ਇੱਕ ਜਨਰੇਸ਼ਨ ਐਦਾਂ ਦੀ ਵੀ ਦੇਖਣ ਨੂੰ ਮਿਲਦੀ ਹੈ ਜਿਹੜਾ ਸਭ ਕੁਝ ਆਪਣੇ ਘਰਦਿਆਂ ਦੇ ਉੱਤੇ ਨਿਸ਼ਾ이버 ਕਰ ਦਿੰਦੇ ਹੈ ਕਿ ਜੋ ਵੀ ਹੈਗੇ ਆ ਉਹਨਾਂ ਦੀ ਬਦੌਲਤ ਆ ਲੇਕਿਨ ਐਦਾਂ ਆਸਾਨੀ ਨਾਲ ਥੋੜੀ ਜਾਨਦਾ ਹੋਵਾਂਗੇ ਥੋੜਾ ਜਿਹਾ ਹੋ ਜਾਏ ਬਿਲਕੁਲ ਹਜ ਦਿਨ ਚੜਿਆ ਤੇਰੇ ਰੰਗ ਵਰਗਾ ਫੁੱਲ ਸਾਹ ਖਿਲਾ ਅਜ ਦਿਨ ਰੱਬਾ ਮੇਰੇ ਦਿਨ ਇਹ ਨਾ ਢਲੇ ਉਹ ਜੋ ਮੁੰਜੇ ਖਾਬ ਮੇ ਮਿਲੇ ਉਸ ਤੂੰ ਲਗਾ ਦੇ ਅਬ ਕਲੇ ਤੈਨੂੰ ਦਿਲ ਦਾ ਵਾਸਤਾ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਥੈਂਕ ਯੂ ਚਲੋ ਸਾਡੀ ਇਹੀ ਗੁਜ਼ਾਰਿਸ਼ ਰਹੇਗੀ ਇਹੀ ਦੁਆ ਰਹੇਗੀ ਕਿ ਦਿਨ ਇਹੋ ਜਿਹਾ ਚੜੇ ਜਿਹਦੇ ਵਿੱਚ ਚੜਦਾ ਸੂਰਜ ਤੁਹਾਨੂੰ ਹਮੇਸ਼ਾ ਦੇਖਣ ਨੂੰ ਮਿਲੇ ਹੁਣ ਤੁਹਾਡੀ ਵਾਰੀ ਹੈ ਤਿੰਨਾ ਨਾਲ ਗੱਲ ਹੋ ਗਈ ਤੁਸੀਂ ਆਪਣੇ ਬਾਰੇ ਦੱਸੋ ਆਪਣਾ ਨਾਮ ਦੱਸੋ ਮੇਰਾ ਨਾਮ ਕਰਮਜੀਤ ਗੌਰ ਆ ਮੈਂ ਲੁਧਿਆਣੇ ਤੋਂ ਬਲੋਂਗ ਕਰਦੀ ਹਾਂ ਅੱਛਾ ਤੁਸੀਂ ਲੁਧਿਆਣੇ ਤੋਂ ਬਲੋਂਗ ਕਰਦੇ ਹੋ ਸੰਗੀਤ ਬਾਰੇ ਦੱਸੋ ਸੰਗੀਤ ਨਾਲ ਮੋਹ ਕਿਉਂ ਹੈ ਮਾਂ ਸਟਾਰਟਿੰਗ ਦੇ ਵਿੱਚ ਆ ਗੁਰਦੁਆਰਾ ਕੀਰਤਨ ਕਰਨਾ ਤੇ ਮੈਨੂੰ ਸੇ ਇਥੋਂ ਰਜਨ ਮਤਲਬ ਕਾਫੀ ਵਧੀਆ ਮੇਰਾ ਤੇ ਸ਼ੌਂਕ ਬਣ ਗਿਆ ਫਿਰ ਫਿਰ ਮਦੁਰਗੀ ਕਾਦਨ ਬਹੁਤ ਸਪੋਰਟ ਕੀਤਾ ਵੀ ਇਸ ਲਾਈਨ ਵਿੱਚ ਦਿਨ ਜਾਣਾ ਚਾਹੀਦਾ ਤੇ ਖੁਦ ਨੂੰ ਵੀ ਹੋਇਆ ਫਿਰ ਨਿਹੰਗਾਂ ਅੱਜ ਜਾਣਾ ਚਾਹੀਦਾ ਜਿਹੜਾ ਗੁਰਦੁਆਰੇ ਦਾ ਕੀਰਤਨ ਹੈ ਮੰਦਿਰ ਗੁਰਦੁਆਰਾ ਗਿਰ ਜਾ ਕੇ ਕਿਸੇ ਦਾ ਵੀ ਕੀਰਤਨ ਕਿਤੇ ਵੀ ਪ੍ਰੇਅਰਸ ਹੁੰਦੀਆਂ ਨੇ ਟੋਟਲੀ ਡਿਫਰੈਂਟ ਹੈ ਬਟ ਹਾਂ ਉਹਦੀ ਇੱਕ ਜਿਹੜੀ ਲਾਈਨ ਹੈਗੀ ਆ ਬੇਸਿਕ ਲਾਈਨ ਹੈ ਉਹ ਹੀ ਇਹ ਸੰਗੀਤ ਹਾਂਜੀ ਉਥੋਂ ਦਾ ਡਿਫਰੈਂਸ ਤੇ ਜਿਹੜਾ ਹੁਣ ਜਿਹੜਾ ਤੁਸੀਂ 뮤직 ਅਪਣਾਇਆ ਡਿਫਰੈਂਸ ਉਹਦੇ ਚ ਹੈਗਾ ਕਿਸ ਤਰ੍ਹਾਂ ਉਹਨੂੰ ਮਤਲਬ ਕਿ ਦੇਖਦੇ ਹੋ ਤਾਲ ਮਿਲ ਕੇ ਮੇ ਬਿਠਾਣੇ ਹੁੰਦਾ ਸਿੰਗਿੰਗ ਦੀ ਗੱਲ ਕਰੀਏ ਤਾਂ ਅਗਰ ਮੀਨਸ ਵੀ ਦੋਨੋਂ ਪਾਸੋਂ ਪਿਆਰ ਨਾਲ ਮੀਨਸ ਵੀ ਇਧਰੀ ਲਾਈਨ ਜਿੱਦ ਲਾਈਨ ਤੇ ਫੀਲ ਨਾਲ ਫੀਲ ਨਾਲ ਗਾ ਹੁੰਦਾ ਵਾ ਤੇ ਮੀਨਸ ਇਹ ਜ ਮੈਨੂੰ ਕੋਈ ਭੇਦ ਭਾਵ ਨਹੀਂ ਲੱਗਦਾ ਹੁਣ ਤੂੰ ਇਹ ਗੱਲ ਸੁਣਾ ਦੋ ਫਿਰ ਫੀਲ ਦੇ ਨਾਲ ਹੀ ਸੁਣਾ ਦੋ ਕੰਪਨੀ ਦੇ ਸੁਣਾ ਹਮ ਤੁਸੀਂ ਮੈਨੂੰ ਇੱਕ ਥੀ ਦੱਸੋ ਇਹਨਾਂ ਤਿੰਨਾਂ ਨਾਲ ਮੇਰੀ ਗੱਲ ਹੋਈ ਤੁਸੀਂ ਕਿਤੇ ਨਾ ਕਿਤੇ ਹਿਚਕਾ ਕੇ ਹੋ ਰਹੇ ਹੋ ਪੱਕਾ ਇਹ ਸਾਰੇ ਆਪਣੇ ਹੀ ਖੜੇ ਹੋਏ ਨੇ ਇੱਥੇ ਠੀਕ ਹੈ ਛੱਡ ਦੋ ਤਿਆਗ ਦੋ ਸਭ ਕੁਝ ਕੋਈ ਨਹੀਂ ਵਧੀਆ ਇਹ ਗਾਣਾ ਹੋ ਜਾਵੇ ਤੇਰੇ ਇਸ਼ਕ ਦਾ ਜਾਦੂ ਚੱਲ ਗਿਆ ਚੱਲਦਾ ਹੀ ਰਹਿਣ ਦੇ ਕੋਈ ਤੂੰ ਵੀ ਦਿਲ ਦੀ ਗੱਲ ਸੁਣਾ ਕੋਈ ਮੈਨੂੰ ਕਹਿਣ ਦੇ ਤੇਰੇ ਇਸ਼ਕ ਦਾ ਜਾਦੂ ਚੱਲ ਗਿਆ ਚੱਲਦਾ ਹੀ ਰਹਿਣ ਦੇ ਕੋਈ ਤੂੰ ਵੀ ਦਿਲ ਦੀ ਗੱਲ ਸੁਣਾ ਕੋਈ ਮੈਨੂੰ ਕਹਿਣ ਦੇ ਸੱਚ ਕਹਾ 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 ਤੇਰੀਆਂ ਬਹਾਂਚ ਸਾਰਾ ਜਗ ਬੁੱਲੇ ਜਾਵਾਂ ਮੈਂ ਰੱਬ ਕਰੇ 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 ਪੜਾਈਆਂ ਕਰਨ ਪਿੱਛੋਂ ਤੇਰੇ ਨਾਮ ਦੀ ਮੈਂ ਦਿਲਾਵਾਂ ਮੈਂ ਬਹੁਤ ਖੁਬ ਬਹੁਤ ਖੁਬ ਇਹ ਚਾਰੇ ਤੇ ਇਹਨਾਂ ਦੇ ਨਾਮ ਨੋਟ ਕਰ ਲਓ ਆਪਣੀ ਯਾਦਦਾਸ਼ਤ ਦੇ ਵਿੱਚ ਬਿਠਾ ਲਓ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਗਾਣੇ ਤੁਸੀਂ ਆਪਣੇ ਮੋਬਾਈਲ ਦੀ ਪਲੇਲਿਸਟ ਤੇ ਰਿਪੀਟ ਤੇ ਸੁਣੋਗੇ ਫਿਲਹਾਲ ਆਪਣੇ ਮੇਜ਼ਬਾਨ ਲਕੇਸ਼ ਤਿਰਖਾਨ ਨੂੰ ਦਵੋ ਇਜਾਜ਼ਤ ਕੈਮਰਾ ਪਰਸਨਲ ਜਿੰਦਰ ਦੇ ਨਾਲ ਲਿਵਿੰਗ ਇਨ ਯੂਸ ਤੇ ਲਈ